एक तुहीन रंकार निर्धन दाल तन तू नो दाता माल खजाना नाम तेरा सत्कार्यो प्यारे सास संगत जीओ प्यार नरमो सतगुरु बाबा सतगुरु के चरणों में आ 15 अगस्त जगत माता शहनशाह सतसंग पहले दिवस मनाया करते हम सतसंग जिसन मुक्ति पुरब का नाम दिता गया है मुक्ति पुरब मुक्त सत्संग मुक्ति तो की भाव है लोहे की या सोने की है बेड़ी आखिर बेड़ी बेड़ी तो बेड़ी है बंधन तो बंधन है पर मुक्ति की हो सत्संग ये जो कर्म धर्म ने बंधन ने कर्म धर्म पखंड जो दीसे तिन जम जगाती लूटे जमा ने जगाती कहते चुंगी उन्हें ना मारना हो चुंगी जी सत्संग तो सारा चुंगी जी चला जाओ कर्म धर्म पखंड जो दीसे तिन जम जगाती लूटे निर्वाण कीर्तन गाओ करते गा निवख सिमत लिछो ना जप अंदर ना तप अंदर ना मिलिया ना मिलना दिल का कमल गुरु दे बाजो ना खिलिया ना कितने कर्म धर्म ने सच्चे पातशाह ने वर्णन किए ने जाप ताप ज्ञान सब ध्यान किने जप कर रहा तप कर रहा ज्ञान ध्यान दिया गल्लां कर खट शास्त्र सिमरत अज्ञान खट छे शास्त्र पढ़ 27 सिमरतियां का व्याख्यान तेनों करना अज योग अभ्यास कर्म धर्म किरिया योगाभ्यास श्वास चढ़ाने भी तेनों आ जाए उतारने भी आ जाए योग अभ्यास कर्म धर्म किरिया सगल त्याग बरमदे फिरिया सारा कोई छड़ के तू जंगलों में क्यों ना चला जा अनेक प्रकार किए वो जतना अनेक प्रकार के मिलने वास्ते जतन करे पुन दान होमे रतना पुन करे दान करे हवन करे जग करे शरीर कटाए होमे कर राती सासन पिछले युगों के मुक्ति प्राप्त करने वास्ते इस शरीर नू रती रती कटा के आहूति दिती जाती सी बलिदान दिता जाता शरीर कटाए होमे कर राती ते वर्त नेम करे प्रभाती अनेक प्रकार के वर्त रखना नहीं तल राम नाम विचार ऐ जो राम नाम तेरे बराबर कोई विचार नहीं है नानक गुरमुख नाम जपिए एक बार सासुक नाम नाम की दौलत देकर जाओ सतगुर का सत्कार करो नाम वैसे तो सासुक इंग्लिश के शब्द के आप नियम नहीं कहते पर सासुक एक नियम होता है एक वस्त नहीं एक वस्त पूजे तो होए पाक ਇਹਦਾ ਜੇ ਕਿਤੇ ਇੱਕ ਵਸਤ ਨਾ ਪੂਜਣ ਤਾਂ ਤੂੰ ਪਾਕ ਹੋ ਜਾਏ ਪਵਿੱਤਰ ਹੋ ਜਾਏ ਬਿਨ ਪੂਜੇ ਤੂੰ ਸਦਾ ਨਾ ਪਾਕ ਅਤੇ ਬਗੈਰ ਪੂਜਣ ਤੋਂ ਤੂੰ ਅਪਵਿੱਤਰ ਹੀ ਅਪਵਿੱਤਰ ਇੱਕ ਅੱਖਰ ਹੁੰਦਾ ਇੱਕ ਵੱਖਰ ਹੁੰਦਾ ਅੱਖਰ ਅੱਖਰ ਤੇ ਸਾਧਨ ਸ਼ਬਦਾਂ ਨਾਲ ਹੀ ਅੱਖਰ ਬਣਦਾ ਪਰ ਸ਼ਬਦਾਂ ਤਾਂ ਅਸੀਂ ਦੁਕਾਨ ਤੋਂ ਕੋਈ ਮਾਇਆ ਦੇ ਕੇ ਕੋਈ ਨਾ ਕੋਈ ਅੱਗੇ ਅਰਪਣ ਕਰਦੇ ਹਾਂ ਤਾਂ ਫਿਰ ਸਾਨੂੰ ਵੱਖਰ ਮਿਲਦਾ ਹੈ
ਸੌਦਾ ਮਿਲਦਾ ਹੈ। ਜਿਸ ਵੱਖਰ ਕੋ ਲੈਣ ਤੂੰ ਆਇਆ ਐ ਇਨਸਾਨ, ਜਿਸ ਵੱਖਰ ਜਿਸ ਸੌਦੇ ਨੂੰ ਲੈਣ ਵਾਸਤੇ ਤੂੰ ਸੰਸਾਰ 'ਤੇ ਜਨਮ ਲਿਆ, ਜਿਸ ਵੱਖਰ ਕੋ ਲੈਣ ਤੂੰ ਆਇਆ ਕਿੱਥੋਂ ਮਿਲੇਗਾ? ਰਾਮ ਨਾਮ ਸੰਤਨ ਕਰ ਪਾਇਆ, ਸੰਤਾਂ ਦੇ ਕੋਲੋਂ ਮਿਲੇਗਾ, ਅਤੇ ਮਿਲੇਗਾ ਕਿਸ ਤਰ੍ਹਾਂ? ਤਾਂ ਜਗਮਾਨ ਲਿਹੋ ਮਨਮੋਲ, ਅਭਿਮਾਨ ਛੱਡ ਕੇ, ਹੰਕਾਰ ਛੱਡ ਕੇ, ਅਤੇ ਫਿਰ ਸਤਿਗੁਰੂ ਦੇ ਚਰਨਾਂ ਲਿਆ। ਤਾਜ ਅਭਿਮਾਨ ਲਿਹੋ ਮਨਮੋਲ, ਮਨ ਦੇ ਨਾਲ ਇਹਨੂੰ ਤੋਲਣਾ ਹੈ, ਮਨ ਦਏਗਾ ਤਾਂ ਕੋਈ ਤੋਲੇਗਾ। ਤਾਜ ਅਭਿਮਾਨ ਲਿਹੋ ਮਨਮੋਲ, ਅਤੇ ਰਾਮ ਨਾਮ ਹਿਰਦੇ ਮੈਂ ਤੋਲ, ਫਿਰ ਤੋਂ ਹਿਰਦੇ ਦੇ ਵਿੱਚ ਸਾਨੂੰ ਸਾ ਲਾਲ ਖੇਪ ਸੰਤੇ ਸੰਚਾਲਨ ਕਹਿੰਦਾ, ਆਪਣੀ ਜਿਹੜੀ ਖੇਪ ਹੈ, ਆਪਣਾ ਜਿਹੜਾ ਮਾਲ ਆ ਸਾਧ ਸੰਗਤ ਇਹ ਲੱਗ ਰਿਹਾ, ਅਤੇ ਫਿਰ ਕਿਹਨਾਂ ਨਾਲ ਤੁਰ? ਸੰਤਾਂ ਨਾਲ। ਲਾਲ ਖੇਪ ਸੰਤੇ ਸੰਚਾਲ ਅਵਰ ਤਿਆਗ ਵਿਖਿਆ ਜੰਜਾਲ, ਫਿਰ ਹੋਰ ਸਾਰੇ ਜੰਜਾਲ ਛੱਡ ਦਿਓ, ਫਿਰ ਕੀ ਹੋਏਗਾ? ਧੰਨ ਧੰਨ ਕਹੇ ਸਭ ਕੋਏ, ਫਿਰ ਤੇਰੀ ਧੰਦਾ ਹੋਏਗੀ, ਤੇਰੀ ਜੈ ਜੈਕਾਰ ਹੋਏਗੀ, ਤੇਰਾ ਲੋਕ ਸੁਖੀ ਹੋਏਗਾ, ਲੋਕ ਸਿਹਰਾ ਹੈ। ਧੰਨ ਧੰਨ ਕਹੇ ਸਭ ਕੋਏ, ਮੁੱਖ ਉਜਲ ਅੰਤਰ ਕੇ ਸੋਏ, ਇਹ ਦਰਗਾਹ ਦੇ ਵਿੱਚ ਤੇਰਾ ਮੁੱਖ ਉਜਲਾ ਹੋਏਗਾ। ਇਹ ਵਪਾਰ ਵਿਰਲਾ ਵਪਾਰੇ, ਇਹ ਜੋ ਵਪਾਰ ਹੈ ਕੋਈ ਵਿਰਲਾ ਵਿਰਲਾ ਹੀ ਇਹ ਸਾਧਸੰਗ ਤੇ ਸ਼ਬਦਾਂ ਲੈਣ ਵਾਸਤੇ ਆਉਂਦਾ ਹੈ। ਇਹ ਵਪਾਰ ਵਿਰਲਾ ਵਪਾਰੇ, ਨਾਨਕ ਤਾਂ ਕੇ ਸਦ ਬਲਾ, ਕਹਿੰਦਾ ਫਿਰ ਮੈਂ ਉਸ ਤੋਂ ਸਦਕੇ ਜਾਂਦਾ ਹਾਂ, ਕੁਰਬਾਨ ਜਾਂਦਾ ਹਾਂ। ਇਹ ਕਿਹੜਾ ਧਨ ਹੈ? ਨਾਮ ਧਨ, ਜਿਸ ਜਨ ਕੇ ਪੱਲੇ ਅਤੇ ਸਹੀ ਸੱਚੇ ਸ਼ਾਹ। ਤੁਸੀਂ ਸ਼ਾਹ ਬੈਠੇ ਹੋ, ਜਿਸ ਨੂੰ ਬਖਸ਼ੇ ਸਿਫਤ ਸਲਾਮ, ਕਹਿੰਦਾ ਜਿਹਨੂੰ ਤੂੰ ਆਪਣੀ ਸਿਫਤ ਸਲਾਣਾ ਹੀ ਬਖਸ਼ ਦਿੰਦਾ। ਨਾਨਕ ਉਹ ਪਾਤਸ਼ਾਹੀ ਪਾਤਸ਼ਾਹ, ਉਹ ਪਾਤਸ਼ਾਹ ਦਾ ਪਾਤਸ਼ਾਹ ਬਣਦਾ। ਨਾਮ ਖਜ਼ਾਨਾ ਕੇਵਲ ਵੱਡਾ, ਸਭ ਤੋਂ ਵੱਡਾ ਨਾਮ ਖਜ਼ਾਨਾ ਕੇਵਲ ਵੱਡਾ, ਸਾਰੇ ਮਾਲ ਖਜ਼ਾਨੇ ਤੋਂ ਜੋ ਮਿਲਦਾ ਅਵਤਾਰ ਗੁਰੂ ਦੇ ਦਾਤੇ ਸੀਸ ਚੁਕਾਣੇ ਤੋਂ। ਇੱਥੇ ਹੀ ਸਾਧਸੰਗਤ ਖਜ਼ਾਨੇ ਦੀ ਗੱਲ ਕੀਤੀ ਆ, ਨਿਰਧਨ ਦੀ ਗੱਲ ਕੀਤੀ ਆ। ਨਿਰਧਨ ਦਾ ਧਨ ਤੁਹਾਨੂੰ ਦਾਤਾ ਹੈ ਸੱਚੇ ਪਾਤਸ਼ਾਹ, ਜਿਹਦਾ ਕੋਈ ਸਹਾਰਾ ਨਹੀਂ, ਜਿਹਦੇ ਕੋਲ ਕੋਈ ਧਨ ਨਹੀਂ ਹੈ, ਉਹਦਾ ਤੂੰ ਧਨ। ਜਿਸਦਾ ਨਹੀਂ ਹੈ ਕੋਈ ਸਹਾਰਾ, ਉਸਦਾ ਗੁਰੂ ਸਹਾਰਾ ਹੈ। ਜਿਸਦਾ ਨਹੀਂ ਹੈ ਕੋਈ ਗੁਜ਼ਾਰਾ, ਉਸਦਾ ਗੁਰੂ ਗੁਜ਼ਾਰਾ ਹੈ। ਸਾਧਸੰਗਤ ਨਾਮਦੇਵ ਦੀ ਛੱਪੜੀ, ਭਗਵਾਨ ਨੇ ਆਪ ਜੀ ਦੇ ਵੀ ਮਕਾਨ ਬਣਾਏ, ਆਪ ਜੀ ਦੇ ਵੀ ਸਭ ਕੁਛ ਸੱਚੇ ਪਾਤਸ਼ਾਹ ਨੇ ਕਾਰਜ ਕੀਤੇ, ਔਰ ਲੋਕ ਪੁੱਛਦੇ ਨੇ ਅਤੇ ਨਾਮਦੇਵ ਨੂੰ ਵੀ ਪੁੱਛਦੇ ਨੇ। ਇਹ ਜਿਹੜੀ ਛੱਪੜੀ ਆ ਕਿਹਨੇ ਕੋਲੋਂ ਬਣਾਈ ਆ? ਕਹਿੰਦਾ ਰੇ ਬਾਈ, ਅਰੇ ਬਾਈ, ਅਰੇ ਭੈਣ, ਬੇਟੀ ਦੇ ਨਾ ਜਾਈ। ਇੱਕ ਤਾਂ ਬੇਟੀ ਦਿੱਤਾ ਜਾ ਸਕਦਾ, ਦੇਖ ਬੇਟੀ ਰਹੇ ਉਹ ਸਮਾਈ, ਕਿਹੜਾ ਮੇਰਾ ਬੇਟੀ, ਕਿਹੜਾ ਮੇਰਾ ਤਰਖਾਣ ਹੈ, ਇਹ ਜਿਹੜਾ ਸਮਾਇਆ ਹੋਇਆ ਹੈ। ਜਿਹਨੂੰ ਸਾਧਸੰਗ ਕਿਹਾ ਹੈ, ਇੱਕ ਸਿਮਰੋ ਨਾਨਕਾ ਜੋ ਜਲ ਥਲ ਰਿਹਾ ਸਮਾਏ, ਦੂਜਾ ਕਾਹੇ ਸਿਮਰੀਏ ਜੋ ਜੰਮੇ ਦੇ ਮਰ। ਆਦ ਸੱਚ ਸੂਰਜ ਚੰਦ ਤਾਰੇ ਨਹੀਂ ਸਨ, ਧਰਤੀ ਅੱਗ ਪਾਣੀ ਨਹੀਂ ਸੀ, ਵਾਯੂ ਜੀਵ ਆਕਾਸ਼ ਨਹੀਂ ਸੀ, ਤੇ ਕੌਣ ਸੀ? ਜੁਗਾਦ ਸੱਚ ਜੁਗ ਚਲਿਆ ਤਾਂ ਵੀ ਇਹ ਸੱਚ ਨੇ, ਹੈ ਵੀ ਸੱਚ। ਹੁਣ ਤੁਹਾਡੇ ਮੇਰੇ ਦਰਮਿਆਨ ਨਿਰੰਕਾਰ ਪ੍ਰਭੂ ਪਰਮਾਤਮਾ ਹੈ, ਪਰ ਨਜ਼ਰ ਨਹੀਂ ਆਉਂਦਾ। ਲੋਕ ਕਹਿੰਦੇ ਨੇ, ਲੋਕ ਪੁੱਛਦੇ ਨੇ, ਤੁਹਾਨੂੰ ਨਜ਼ਰ ਆਉਂਦਾ? ਮੈਂ ਆਖਾਂ ਮੈਂ ਰੱਬ ਨੂੰ ਪਾਇਆ, ਮੈਂ ਤੇ ਕਹਿੰਦਾ ਮੈਨੂੰ ਸਤਿਗੁਰੂ ਕੋਲੋਂ ਦਾਤ ਮਿਲੀ ਆ, ਮੈਂ ਆਖਾਂ ਮੈਂ ਰੱਬ ਨੂੰ ਪਾਇਆ, ਲੋਕ ਮੰਨਦੇ ਗੱਲ ਨਹੀਂ, ਲੋਕ ਗੱਲ ਹੀ ਨਹੀਂ ਮੰਨਦੇ, ਕਹਿੰਦੇ ਇਹਨਾਂ ਕਿੱਥੋਂ ਰੱਬ ਨੂੰ ਪਾ ਲੈਣਾ? ਸਾਧਸੰਗ ਆਪਣੀ ਬੀਤੀ ਆਪ ਸੁਣਾਵਾਂ, ਇਸ ਵਿੱਚ ਕੋਈ ਛਲ ਨਹੀਂ, ਕੋਈ ਛਲ ਨਹੀਂ ਹੈ, ਨਿਰੰਕਾਰ ਹੈ ਸਾਧਸੰਗ। ਇਹ ਜਿਹੜੀਆਂ ਅੱਖਾਂ ਨੇ, ਚਮੜੇ ਦੀਆਂ ਅੱਖਾਂ ਨੇ, ਇਹਨਾਂ ਨਾਲ ਇਹ ਨਿਰੰਕਾਰ ਨਜ਼ਰ ਨਹੀਂ ਆਉਂਦਾ।
सतगुरु ज्ञान दियां अखां दिंदा, ज्ञान अंजन गुर दिया, गुरु ज्ञान वखरा। अज्ञान अंधेर विनाश, अज्ञानता दा अंधेरा खत्म हो जांदा है। हर कृपा ते संत बेटिया नानक मन प्रकाशन, हरी की कृपा आती है, संतां नाल मेल हुंदा है, मन विच प्रकाशता आ जाती है। दीवा बने अंधेरा जाए, दीवा जगदा है, अंधेरा शासक कितने दूर नहीं जाता, खत्म हो जाता है। सतगुर मैनू जन्नी लाया, ये परम भुलेखा सब गवाया, चिंता दिल दी हो गई दूर, ते जिधर वेखा नूर आए। साध की संगत कर लै बंदे, चेहरे ते पर नूर रहे, साध की संगत कर लै बंदे, दुख दलिद्र दूर रहे, साध की संगत कर लै बंदे, कायम दिल दा पारा रहे, साध की संगत कर लै बंदे, मन ना ए अवारा रहे। कुंभे बंदा जल रहे, जल बिन कुंभ ना होए, ज्ञान का बत्ता मन रहे, ते गुर बिन ज्ञान ना होए। भाई रे, गुर बिन ज्ञान ना होए, ऐ इंसान तेन गुरु तो बगैर ज्ञान नहीं हो सकता। पूछो ब्रह्मे नारद, ब्रह्म तो पुछ लो, नारद मुनि तो पुछ लो, वेद व्यास ऋषि तो पुछ लो। पूछो ब्रह्मे नारद, वेद व्यास कोए, गुरु तो बगैर ज्ञान नहीं। साढ़े नाल शासन मास्टर परमजीत सिंह, इको स्कूल में पढ़ावा, कोई ना कोई ज्ञान की गल चलनी, कोई सतगुरु की, कोई साध संगत की कोई गल चलनी। तो साध संगत कहना पैसा भी मैं की कर, जो साध संगत अंदर लगन लगती है तो फिर अगला सवाल करता भी हूँ मैं की कर। कहते पैसा जी मैं एक किताब मिली है लाइब्रेरी चो, लिखा है गुरु बिना गत नहीं तो शाह बिना पत। बिल्कुल ठीक है, गुरु तो बगैर गद्दी कोई नहीं होनी, तो शाह तो बगैर वेड़ा कोड़ा पड़ता ढकया रहा। उतराइया चढ़ाइया कई जिंदगी आनियाँ, क्या मैं की करा, नहीं क्या तू संगत कर। सासू साढ़े नाल तीन चार महीने तुरिया, शनिवार सासू परवाना जी सारे महात्मा रहना करते रहे हैं, तो शनिवार संगत होंगी सी छुट्टी करनी तो संगत से पहुँच जाना। साढ़े नाल तीन चार महीने संगत से तुरिया, संगत से तुरिया रहा, एक दिन स्टेज सैकटरी की निगाह पै गई, मास्टर परमजीत सिंह जी कोई प्रवचन कर। जब तक शासन ब्रह्म ज्ञान नहीं है तुहाडी संगत च कोई वचन नहीं कर सकता। तो मास्टर परमजीत सिंह मैं अगले अगे खड़ा कर दिता, हम कोई वचन नहीं करना है, उठ के बह गया। कहिंदा भाई साहब जी संगत का भुख पिया, तो कहिंदा भाई साहब जी मैनू अज मतलब महापुरशा ने टाइम दिता तो मैनू बोलना ही है। नहीं क्या तू ज्ञान तो लै, फिर ही तेन बोलना आएगा, फिर ही तेन समझ पाएगी, फिर तेन ओंकार के दर्शन होंगे, फिर ही तू कोई एडा आनंद माणेगा। तो अगे पता की कहना, कहना मैं थोड़े को ज्ञान नहीं लेना। अच्छा तू कितों ज्ञान लेना, कहना मैं तो थोड़े सच्चे पातशाह तो जाके ज्ञान लूंगा, दिल्लियों जाके ज्ञान लूंगा। सासू जदों लगन होंगी है ना अंदरों तड़प जाती है, महापुरशा ने ऐसे ऐसे वचन लिखे ने, बिरहा बिरहा आखिए, बिरहा पैदा नहीं होंदा। जे कितने बिरहा पैदा हो जाए तो जद तक मिलता नहीं उदों तक ठंड नहीं पी। बिरहा बिरहा आखिए, बिरहा तुम सुल्तान, ऐ बिरहा ऐ विछोड़े तू ते बादशाह है। जित तन फरीदा, जित तन बिरहो ना उपजे, सो तन जान मसान। जिदे अंदर सतगुरु प्रति प्यार ही नहीं जागया, निरंकार प्रति प्यार ही नहीं जागया, दर्शन की आशा ही नहीं जागी। कांखिए के दर्श द्वारो, जिन्हां नूं तेरे दर्शन की इच्छा ही पैदा हो जाती है। नानक उन संग मोहे उधारो, मेरा तो उन्होंने संग ही उधार हो जाता। खास सिंह दिल्ली गया साढ़े नाल, इतों गहरी मंडी तो खास सिंह भाई संगतदीप सिंह नाल चलते सां, ते सासू ट्रक से बैठ के दिल्ली गया।
ज्ञान कक्ष की सह संत रहमत बाद होंगी है उदो संगत वेच सह संत काफ़ी रूह सह संत जिज्ञासु रूह आई होंगे सन तो कोई महात्मा कोई ज्ञान प्रचारक आना तो उन्हें ज्ञान की बख्शिश कर दे। भाई साहब गुरदीप सिंह जी गहरी मंडी वाले तुरे आ रहे भाई साहब जी साढ़े सतगुरु स्वरूप आ रहे कहना तेरा भला हो जाए कोई सतगुरु का स्वरूप ही होंगे कहेंगे हाँ ਹੁੰਦਾ ਹੈ ਅੱਜ ਤੈਨੂੰ ਸਾਰਾ ਚਾਨਣ ਹੋ ਜਾਏਗਾ ਗਿਆਨ ਦੀ ਵੀ ਬਖਸ਼ਿਸ਼ ਹੋ ਜਾਏਗੀ ਪਰ ਇਹ ਕਿਤੇ ਨਾ ਨਾ ਕਰ ਦੇਵੀ ਉੱਥੋਂ ਕਹਿੰਦਾ ਮੈਂ ਦਿੱਲੀ ਜਾ ਕੇ ਗਿਆਨ ਲਊਂਗਾ ਹੁਣ ਤੂੰ ਕਹੇ ਵੀ ਮੈਂ ਉੱਥੇ ਕੋਈ ਨਹੀਂ ਆਪਾਂ ਵਾਪਸ ਚੱਲ ਕੇ ਲੈਣਾ ਤੇ ਸਾਧ ਸਿੰਘ ਬੈਠ ਕੇ ਅਸੀਂ ਵੀ ਪਿੱਛੇ ਮਗਰ ਜੋੜਿਆਂ ਦੇ ਵਿੱਚ ਜਿੱਥੇ ਪਿੱਛੇ ਜਾ ਕੇ ਅਤੇ ਜੋੜਿਆਂ ਮਗਰ ਜਾ ਕੇ ਬੈਠ ਗਏ ਸਾਧ ਸਿੰਘ ਜਦੋਂ ਇਸ਼ਾਰਾ ਹੋਇਆ ਗਿਆਨ ਦੀ ਬਖਸ਼ਿਸ਼ ਹੋਈ ਇਹ ਸਾਡੇ ਕੋਲ ਚੱਲ ਕੇ ਆਇਆ ਆਇਆ ਤੇ ਕਹਿੰਦਾ ਭਾਈ ਸਾਹਿਬ ਜੀ ਜੇ ਇੰਨੀ ਕੀ ਗੱਲ ਸੀ ਤਾਂ ਮੈਨੂੰ ਉੱਥੇ ਦੱਸ ਦੇਣੀ ਉਹ ਇੰਨੀ ਗੱਲ ਨਿੱਕੀ ਜਿੰਨੀ ਗੱਲ ਗੁਰੂ ਨੇ ਸਮਝਾਈ ਹੈ ਏਡੀ ਵੱਡੀ ਸਮਝ ਹੁਣ ਸਮਝ ਵਿੱਚ ਆਈ ਸਾਧ ਇਸ ਗੱਲ ਨੂੰ ਇਸ ਜ਼ਿਕਰ ਨੂੰ ਜੋਗੀ ਖੋਜਦੇ ਖੋਜਦੇ ਥੱਕ ਜਾਂਦਾ ਜਾਂ ਕੋ ਜੋਗੀ ਖੋਜ ਤਹਾਰੇ ਜਿਹਨੂੰ ਜੋਗੀ ਖੋਜਦੇ ਖੋਜਦੇ ਥੱਕ ਜਾਂਦੇ ਨੇ ਸਾਰੀ ਸਾਰੀ ਉਮਰ ਗਵਾ ਲੈਂਦੇ ਨੇ ਪਾਇਓ ਨਾ ਹਿੱਤੇ ਪਾਰਾ ਪਰ ਇਸ ਇਸ਼ਾਰੇ ਨੂੰ ਨਹੀਂ ਉਹ ਸਮਝ ਸਕਦੇ ਸੋ ਸਵਾਮੀ ਤੁਮ ਨਿਕਟ ਪਛਾਣੋ ਰੂਪ ਰੇਖ ਦੇ ਨਿਆਰਾ ਇਹਦਾ ਕੋਈ ਰੂਪ ਨਹੀਂ ਹੈ ਕੋਈ ਚੱਕਰ ਨਹੀਂ ਕੋਈ ਚੇਨ ਨਹੀਂ ਕੋਈ ਵਰਨ ਨਹੀਂ ਕੋਈ ਜਾਤ ਨਹੀਂ ਕੋਈ ਪਾਤ ਨਹੀਂ ਆਦ ਪੂਰਨ ਸੂਰਜ ਚੰਦ ਤਾਰੇ ਨਹੀਂ ਸਨ ਤਾਂ ਵੀ ਹੈਗਾ ਸੀ ਕਹਿ ਅਵਤਾਰ ਬਿਨਾਂ ਕਰ ਪੂਰੇ ਲੱਗਦਾ ਖਾਲੀ ਖਾਲੀ ਚਾਰੇ ਵੇਦ ਪਏ ਦਸ ਗਾਵਨ ਚਾਰੇ ਵੇਦ ਪੜ੍ਹ ਕੇ ਦੇਖ ਲਓ ਇਹਦਾ ਜ਼ਿਕਰ ਆਏ ਚਾਰੇ ਵੇਦ ਪਏ ਦਸ ਗਾਵਨ ਇੱਕੋ ਇਸ ਅਕਾਲੀ ਦਾ ਤੇ ਛੇ ਸ਼ਾਸਤਰ ਤੇ ਗੀਤਾ ਅੰਦਰ ਜ਼ਿਕਰ ਹੈ ਸੇ ਖਾਲੀ ਦਾ ਗੁਰੂ ਗ੍ਰੰਥ ਵਿੱਚ ਮਹਿਮਾ ਇਸ ਦੀ ਤੇ ਗੁਰੂ ਗ੍ਰੰਥ ਸਾਹਿਬ ਪੜ੍ਹ ਕੇ ਦੇਖੋ ਕਾਹੇ ਰੇਵਨ ਖੋਜਣ ਜਾਈ ਇਹ ਜੀਵ ਤੂੰ ਜੰਗਲਾਂ ਵਿੱਚ ਕੀ ਲੈਣ ਜਾਣਾ ਸਰਬ ਨਿਵਾਸੀ ਕਿਹੜੀ ਜਗ੍ਹਾ ਹੈ ਜਿੱਥੇ ਪਰਮਾਤਮਾ ਨਹੀਂ ਸਰਬ ਨਿਵਾਸੀ ਸਦਾ ਅਲੇਪਾ ਔਰ ਇਹਨੂੰ ਲੇਪ ਕੋਈ ਨਹੀਂ ਹੈ ਤੂੰ ਹੀ ਸੰਗ ਸਮਾਈ ਤੇਰੇ ਅੰਗ ਸੰਗ ਸਮਾਇਆ ਹੋਇਆ ਹੈ ਕਿਸ ਤਰ੍ਹਾਂ ਸਮਾਇਆ ਹੋਇਆ ਪੁਰਖ ਮਤ ਜਿਉਂ ਵਾਸ ਵਸਦਾ ਹੈ ਫੁੱਲ ਵਿੱਚ ਖੁਸ਼ਬੂ ਵਿਆਪਕ ਹੁੰਦੀ ਹੈ ਪਰ ਅੱਖੀਆਂ ਨਾਲ ਨਜ਼ਰ ਨਹੀਂ ਆਉਂਦੀ ਸ਼ੀਸ਼ੇ ਦਾ ਹੈ ਕਿਹੜੀ ਦਰਪਣ ਤੇ ਬੈਠਦੀ ਹੈ ਸ਼ੀਸ਼ੇ ਤੇ ਬੈਠਦੀ ਹੈ ਉਹਨੇ ਚੁੰਝਾਂ ਮਾਰਦੀ ਹੈ ਉਹ ਸਮਝਦੀ ਪਈ ਦੇ ਅੰਦਰ ਇੱਕ ਹੋਰ ਕਿਹੜੀ ਵਿਆਪਕ ਹੈ ਇਹ ਤ੍ਰੰਕਾਰ ਵਿਆਪਕ ਹੈ ਮੁਕਰ ਮਾਹੇ ਜੈਸੇ ਸ਼ਾਈ ਐਸੇ ਹੀ ਹਰ ਬਸੇ ਨਿਰੰਤਰ ਘੱਟ ਹੀ ਖੋਜੋ ਭਾਈ ਇਹਨੂੰ ਵਹੀ ਖੋਜ ਲਓ ਜਾਣ ਲਓ ਬਾਹਰ ਭੀਤਰ ਇੱਕ ਹੋ ਜਾਣੋ ਅੰਦਰ ਤੇ ਬਾਹਰ ਇੱਕ ਨਿਰੰਕਾਰ ਪ੍ਰਭੂ ਪਰਮਾਤਮਾ ਹੈ ਬਾਹਰ ਭੀਤਰ ਇੱਕ ਹੋ ਜਾਣੋ ਇੱਕ ਔਰ ਗਿਆਨ ਬਤਾਈ ਸੱਚੇ ਪਾਤਸ਼ਾਹ ਨੇ ਤੇ ਗਿਆਨ ਖੋਲ ਕੇ ਰੱਖਿਆ ਹੈ ਪਰ ਸਾਧ ਸੰਗਤ ਪੜ੍ਹੀਏ ਨਾ ਹੀ ਭੇਦ ਬੁੱਝੀਏ ਪਾ ਇਹ ਸਾਧ ਸੰਗਤ ਬੁੱਝਣ ਵਾਲੀ ਗੱਲ ਹੈ ਗੁਰਾਂ ਇੱਕ ਦੇਹ ਬੁਝਾਈ ਸਭਨਾ ਜੀਆਂ ਕਾ ਇੱਕ ਦਾਤਾ ਸੋ ਮੈਂ ਵਿਸਰ ਨਾ ਜਾਈ ਕਿਹੜਾ ਧਨ ਮਿਲਦਾ ਹੈ ਨਾਮ ਧਨ ਨਿਰਧਨ ਦਾ ਧਨ ਤੂੰ ਹੀ ਉਹ ਦਾਤਾ ਹੈ ਸੱਚੇ ਪਾਤਸ਼ਾਹ ਤੂੰ ਹੀ ਉਹ ਮੇਰਾ ਦਾਤਾ ਹੈ ਤੂੰ ਮੇਰਾ ਪਿਤਾ ਤੂੰ ਹੈ ਮੇਰਾ ਮਾਤਾ ਤੂੰ ਮੇਰਾ ਬੰਦਪ ਤੂੰ ਮੇਰਾ ਭਰਾਤਾ ਤੂੰ ਮੇਰਾ ਰਾਖਾ ਸਭਨੀ ਥਾਈ ਤਾਂ ਪੋ ਕਿਹਾ ਕਾੜਾ ਜੀਓ ਤੂੰ ਹੀ ਪਿਤਾ ਹੈ ਤੂੰ ਹੀ ਮਾਤਾ ਹੈ ਤੂੰ ਠਾਕਰ ਤੂੰ ਪੈ ਅਰਦਾਸ ਸੱਚੇ ਪਾਤਸ਼ਾਹ ਤੂੰ ਮਾਲਕ ਤੂੰ ਖਾਲਕ ਮੇਰਾ ਤੁਹਾਡੇ ਅੱਗੇ ਅਰਦਾਸ ਕਰਾਂ ਤਨ ਮਨ ਧਨ ਸਭ ਤੇਰੀ ਮਾਇਆ ਪੇਸ਼ ਮੈਂ ਸਾਰੀ ਅਰਦਾਸ ਕਰਾਂ ਤੂੰ ਮਾਤ ਪਿਤਾ ਹੈ ਸਭ ਦਾ ਬੱਚੇ ਵਾਲੇ ਤੇਰੇ ਨੇ ਤੇਰੀ ਨਦਰ ਸਵਾਦੀ ਹੋਵੇ ਤੇ ਘਰ ਸੁੱਖਾਂ ਦੇ ਤੇਰੇ ਨੇ ਇੱਛਰੀ ਸਾਧ ਸਿੰਘ ਇਸੇ ਧਨ ਦਾ ਜ਼ਿਕਰ ਕੀਤਾ ਹੈ ਜੀ ਜਿਸ ਦੇ ਘਰ ਦਾ ਘਰ ਨਾ ਹੋਵੇ ਠੌਰ ਟਿਕਾਣਾ ਨਾਮ ਤੇਰਾ ਜਿਸ ਦੇ ਘਰ ਦਾ ਘਰ ਹੀ ਨਾ ਹੋਵੇ ਉਹਦਾ ਟਿਕਾਣਾ ਕਿਹੜਾ ਉਹਦਾ ਸਾਧ ਸਿੰਘ ਟਿਕਾਣਾ ਗੁਰੂ ਦਾ ਗਰੀਬੀ ਗਦਾ ਹਮਾਰੀ
ਗਰੀਬਾਂ ਦੀ ਗਦਾ ਕਿਹੜੀ ਹੁੰਦੀ ਹੈ? ਗਰੀਬਾਂ ਦਾ ਹਥਿਆਰ ਕਿਹੜਾ ਹੁੰਦਾ ਹੈ? ਗਦਾ ਹਥਿਆਰ ਕੋਈ ਰੱਖਿਆ ਕਰਨ ਵਾਲਾ ਹੁੰਦਾ ਨਾ, ਕਹਿੰਦਾ ਇਹ ਗਰੀਬੀ ਹੈ। ਗਰੀਬੀ ਕਦਾ ਹਮਾਰੀ ਖੰਡਾ ਸਕਲ ਰੇਨ ਸ਼ਾਰੀ। ਇਹ ਖੰਡਾ ਕਿਹੜਾ ਸਾਡਾ? ਸਾਰਿਆਂ ਦੀ ਚਰਨ ਧੂੜੀ ਲੈਣਾ, ਇਹ ਸਾਡਾ ਖੰਡਾ ਹੈ, ਇਹ ਸਾਡੀ ਰੱਖਿਆ ਕਰਦਾ ਹੈ। ਖੰਨਾ ਸਕਲ ਰੇਨ ਸ਼ਾਰੀ ਦਿਸਿਆ ਅੱਗੇ ਕੋ ਨਾ ਟਿਕੇ ਵਿਕਾਰੀ। ਤੇ ਉਹਦੇ ਅੱਗੇ ਕੋਈ ਵਿਕਾਰੀ ਪੁਰਸ਼ ਤੁਹਾਡੇ ਸਾਹਮਣੇ ਟਿਕ ਨਹੀਂ ਸਕਦਾ। ਗੁਰ ਪੂਰੇ ਗੱਲ ਸਾਰੀ, ਇਹ ਪੂਰੇ ਗੁਰੂ ਦੀ ਇਹ ਬਖਸ਼ਿਸ਼ ਆ। ਇਹ ਸਾਧ ਤੇ ਜੋ ਗਰੀਬੀ ਹੈ, ਇਹ ਸਾਧ ਤੇ ਨਿਮਾਣਿਆਂ ਦਾ ਮਾਣ ਗੁਰੂ, ਨਿਤਾਣਿਆਂ ਦਾ ਤਾਣ ਗੁਰੂ, ਨਿਓਟਿਆਂ ਦੀ ਓਟ ਗੁਰੂ, ਨਿਗਤਿਆਂ ਦੀ ਗੱਤ ਗੁਰੂ। ਸਾਸਨ ਗੁਰੂ ਅਮਰਦਾਸ ਜੀ ਸੱਚੇ ਪਾਤਸ਼ਾਹ ਗਾਗਰ ਜਲ ਦੀ ਲੈ ਕੇ ਗੋਇੰਦਵਾਲ ਸਾਹਿਬ ਤੋਂ ਖਡੂਰ ਸਾਹਿਬ ਸਾਸਨ ਆਪਣੇ ਸਤਿਗੁਰੂ ਦਾ ਇਸ਼ਨਾਨ ਕਰਾਉਂਦੇ ਸਨ। ਔਰ ਸਾਸਨ ਗੁਰੂ ਵੱਲ ਮੁੱਖ ਨਹੀਂ ਸੀ, ਸਾਸਨ ਗੁਰੂ ਵੱਲ ਪਿੱਠ ਨਹੀਂ ਸੀ ਕਰਦੇ, ਮੁੱਖ ਗੁਰੂ ਵੱਲ ਰਹਿਣਾ ਤੇ ਪਿਛਲੇ ਪੈਰੇ ਤੁਰੇ ਜਾਣਾ। ਕਰ ਸਕਦੇ ਹੋ ਆਪ ਜੀ? ਇਹ ਸਾਸਨ ਕੋਈ ਕੋਈ ਕਰ ਸਕਦਾ। ਗੁਰ ਤੋਂ ਬੇਮੁਖ ਹੋਵੇ ਜਿਹੜਾ ਇੱਥੇ ਉੱਥੇ ਢੋਈ ਨਾ, ਗੁਰ ਤੋਂ ਬੇਮੁਖ ਹੋਵੇ ਜਿਹੜਾ ਇੱਜ਼ਤ ਤੇ ਪਤ ਕੋਈ ਨਾ। ਇੱਕ ਦਿਨ ਐਸਾ ਆਇਆ ਕੋਈ ਜਲਾਈ ਦੀ ਖੱਡੀ, ਕਿਲਾ ਕੁਲਾ ਸਾਸਨ ਕੋਈ ਕੱਪੜਾ ਹੁੰਦਿਆਂ ਜਿਹਦੇ ਨਾਲ ਬੰਨਦੇ ਆ, ਤੇ ਸਾਸਨ ਜੋ ਕਿਲੇ ਦੇ ਨਾਲ ਅੜ ਕੇ ਤੇ ਉਹ ਟੋਆ ਕੱਢਿਆ ਹੁੰਦਾ ਸੀ ਉਹਦੇ ਵਿੱਚ ਡਿੱਗ ਪਿਆ। ਹੁਣ ਜਲਾਈ ਤੇ ਜਲਾਇਆ ਹੋਵੇ ਦੀ ਗੱਲਾਂ ਕਰਦੇ। ਜਲਾਇਆ ਕਹਿੰਦਾ ਇਹ ਕੌਣ ਹੈ, ਸਵੇਰੇ ਕਾਹਦਾ ਖੜਾ ਕਰ? ਕਹਿੰਦਾ ਕੌਣ ਆ? ਕਹਿੰਦੀ ਕੌਣ ਆ? ਹੋਣਾ ਹੈ ਅਮਰੁੱਲ ਥਾਵਾਂ, ਜਿਹੜਾ ਕੋਈ ਥਾਂ ਨਹੀਂ, ਕੋਈ ਛਿੱਟਾ ਨਹੀਂ, ਕੋਈ ਘਰ ਨਹੀਂ, ਕੋਈ ਬਾਹਰ ਨਹੀਂ, ਕੋਈ ਉਹਨੂੰ ਝਲਦਾ ਨਹੀਂ ਰੋਟੀਆਂ ਖਾਣ ਦਾ ਮਾਰਾ, ਕੁੜਮਾਂ ਦੇ ਬੂਹੇ 'ਚ ਬੈਠਾ। ਕਿੰਨੀਆਂ ਕਿੰਨੀਆਂ ਲੋਕੀ ਗੱਲਾਂ ਕਰਦੇ। ਸਾਧ ਗੁਰੂ ਅੰਗਦ ਸਾਹਿਬ ਨੂੰ ਸੋ ਮਿਲੀ, ਅੰਤਰਯਾਮੀ ਹੁੰਦਾ ਸਤਿਗੁਰੂ ਆਪਣੇ ਤਖਤ 'ਤੇ ਪਾਇਆ। ਸਤਿਗੁਰੂ ਆਪਣੇ ਗੁਰਸਿੱਖ ਦੀ ਬੇਨਤੀ ਨਹੀਂ ਸਹਾਰ ਸਕਦਾ, ਆਪਣੇ ਤਖਤ 'ਤੇ ਬਹਾਇਆ। ਤਖਤ 'ਤੇ ਬਹਾ ਕੇ 5 ਪੈਸੇ ਨਾਰੀਆਂ ਨੂੰ ਮੱਥਾ ਟੇਕਿਆ ਅਤੇ ਉੱਥੇ ਫਿਰ ਵਾਰ ਦਿੱਤੇ ਨੇ। ਨਿਮਾਣਿਆਂ ਦਾ ਮਾਣ ਗੁਰੂ, ਨਿਤਾਣਿਆਂ ਦਾ ਤਾਣ ਗੁਰੂ, ਨਿਓਟਿਆਂ ਦੀ ਓਟ ਗੁਰੂ, ਨਿਗਤਿਆਂ ਦੀ ਗੱਤ ਗੁਰੂ, ਨਿਪੱਤਿਆਂ ਦੀ ਪੱਤ ਗੁਰੂ, ਨਿਧਿਰਿਆਂ ਦੀ ਧਿਰ ਗੁਰੂ, ਨਿਆਸਰਿਆਂ ਦਾ ਆਸਰਾ ਗੁਰੂ। ਕਿਤੇ ਸਾਸਨ ਤੋਂ ਵਾਰ ਪੜ੍ਹ ਕੇ ਦੇਖੋ, ਉਹਨਾਂ ਦੇ ਵਿੱਚ ਲਿਖਿਆ ਕਿ ਤੇਰੇ ਵਰਗਾ ਹੋਰ ਕੋਈ ਨਹੀਂ ਹੋਏਗਾ, ਤੇਰਾ ਕੋਈ ਆਸਾਨੀ ਨਹੀਂ ਹੋਏਗਾ, ਤੇਰੀ ਕੋਈ ਦੁਨੀਆਂ 'ਚ ਬਰਾਬਰੀ ਨਹੀਂ ਕਰੇਗਾ। ਇਹ ਸਾਸਨ ਗੁਰੂ ਦਾ ਧਨ ਹੁੰਦਾ, ਗੁਰੂ ਦੀ ਬਖਸ਼ਿਸ਼ ਹੁੰਦੀ ਹੈ। ਇੱਥੇ ਵੀ ਇਹੀ ਬਖਸ਼ਿਸ਼ ਆਈ ਹੈ ਵੀ ਜਿਸ ਬੰਦੇ ਵਿੱਚ ਮਾਣ ਨਹੀਂ ਕੋਈ, ਉਸੇ ਦਾ ਹੀ ਮਾਣ ਹੈ, ਤੂੰ ਸਾਰੀ ਦੁਨੀਆ ਤੈਥੋਂ ਲੈਂਦੀ, ਸਭ ਨੂੰ ਦਿੰਦਾ ਦਾਨ ਹੈ ਤੂੰ। ਇਹ ਸੱਚੇ ਪਾਤਸ਼ਾਹ ਤੂੰ ਮੇਰੀ ਲਾਜ ਰੱਖਣੀ ਹੈ, ਤੂੰ ਤੂੰ ਸਭ ਦਾ ਮਾਣ ਹੈ। ਅਬ ਰਾਖੋ ਦਾਸ ਪਾਠ ਕੀ ਲਾਜ, ਇਹਦਾ ਤਾਂ ਮੇਰੀ ਹੀ ਲਾਜ ਰੱਖਣੀ। ਜੈ ਸੀ ਰਾਖੀ ਲਾਜ ਭਗਤ ਪ੍ਰਹਲਾਦ ਕੀ, ਭਗਤ ਪ੍ਰਹਲਾਦ ਦੀ ਕਿਤਾਬ ਰੱਖੀ, ਹਰ ਯੁੱਗ 'ਚ ਆਇਆ ਤੇ ਉਹੀ ਆ ਨਾ, ਹੁਣ ਵੀ ਮੇਰੀ ਲਾਜ ਰੱਖਣੀ ਹੈ। ਅਬ ਰਾਖੋ ਦਾਸ ਪਾਠ ਕੀ ਲਾਜ, ਜੈਸੀ ਰਾਖੀ ਲਾਜ ਭਗਤ ਪ੍ਰਹਲਾਦ ਕੀ। ਹੋਰ ਹਰਨਾਕਸ਼ ਬਾਰੇ ਕਰਿਆਜ, ਹਰਨਾਕਸ਼ ਨੂੰ ਇੰਨੇ ਵਾਰ ਮਿਲੇ ਸਨ, ਉਹਨੂੰ ਕੋਈ ਮਾਰ ਨਹੀਂ ਸਕਦਾ, ਨਾ ਅੰਦਰ ਮਰਾਂ, ਨਾ ਬਾਹਰ ਮਰਾਂ, ਨਾ ਦਿਨ ਮਰਾਂ, ਨਾ ਰਾਤ ਮਰਾਂ, ਅਤੇ ਨਾ ਮੈਂ ਕਿਸੇ ਹਥਿਆਰ ਨਾਲ ਹੀ ਮਰਾਂ। ਅਤੇ ਸਤਿਗੁਰੂ ਨੇ ਸਾਧ ਸੰਗਤ ਨਰਸਿੰਘ ਦਾ ਰੂਪ ਧਾਰ ਕੇ ਨਾ ਅੰਦਰ ਨਾ ਬਾਹਰ, ਔਰ ਆਪਣੇ ਪੱਟਾਂ 'ਤੇ ਰੱਖ ਕੇ ਨਾ ਕੋਈ ਹਥਿਆਰ ਆ, ਨਵਾਂ ਦੇ ਨਾਲ ਹੀ ਉਹਦਾ ਪੇਟ ਤਿਆਗ ਕਰ ਦਿੱਤਾ। ਹਰਨਾਕਸ਼ ਬਾਰੇ ਕਰਿਆਜ, ਹੁਣ ਦਰੋਪਦੀ ਲਾਜ ਰੱਖੀ ਯਾਰ ਪ੍ਰਭ ਜੀ, ਅਤੇ ਦਰੋਪਦੀ ਦੀ ਕਿਹਨੇ ਰੱਖੀ? ਹੁਣ ਦਰੋਪਦੀ ਲਾਜ ਰੱਖੀ ਯਾਰ ਪ੍ਰਭ ਜੀ। ਸ਼ੀਨਤ ਵਸਤਰ ਦੀਨ ਬਸਾਜ, ਉਹ ਵਸਤਰ ਸਾਰੇ ਛੀਨੀ ਗਏ, ਖੋਈ ਗਏ, ਪਰ ਤੂੰ ਫਿਰ ਵੀ ਉਹਨੂੰ ਸਾਜ ਕੇ ਰੱਖਿਆ, ਉਦੋਂ ਉਹਨੂੰ ਨਗਨ ਨਹੀਂ ਹੋਣ ਦਿੱਤਾ। ਸ਼ੀਮਤ ਵਸਤਰ ਦੀਨ ਬਸਾਜ, ਸੁਧਾਮਾ ਅਪਦਾਤੇ ਰੱਖਿਆ। ਸੁਧਾਮੇ ਕੋਲ ਕਿਹੜਾ ਧਨ ਸੀ? ਸੁਧਾਮੇ ਦੀ ਤੂੰ ਪਿੱਠ ਨਹੀਂ ਲੱਗ ਦਿੱਤੀ, ਆਪਣੇ ਗੁਰਸਿੱਖ ਦੀ ਬੇਇੱਜ਼ਤੀ ਨਹੀਂ ਹੋਣ ਦਿੱਤੀ। ਸੁਧਾਮਾ ਅਪਦਾਤੇ ਰੱਖਿਆ, ਗਣਕਾ ਪੜ੍ਹਤ ਪੂਰੇ ਤੇ ਕਾਜ। ਇਹ ਗਣਕਾ ਦੇ ਸੂਏ ਨੂੰ ਪੜ੍ਹਾਵਤ, ਤੋਤੇ ਨੂੰ ਪੜ੍ਹਾਉਂਦੀ ਪੜ੍ਹਾਉਂਦੀ ਤਰ ਗਈ। ਇਹ ਸਤਿਗੁਰੂ ਦੀ ਬਖਸ਼ਿਸ਼ ਹੁੰਦੀ ਆ। ਅਬ ਸ੍ਰੀ ਸਤਿਗੁਰ ਸੋ ਪ੍ਰਸੰਨ ਹੋਏ, ਸੱਚੇ ਪਾਤਸ਼ਾਹ ਮੇਰੇ 'ਤੇ ਵੀ ਮਿਹਰ ਕਰ। ਕਲਯੁੱਗ
अब रख दास भाट की लाज यदा कोई माण नहीं हुंदा यदा गुरु माण हुंदा जदों सत्संग ऐसे सत्संग वक्तां दे विच गुजरना पिया कोई आसरा नहीं कोई ढोई नहीं कोई सत्संग से सच्चे पातशाह दे चरणां च जाना सच्चे पातशाह मेरी लाज रख ते सच्चे पातशाह दे मुखार ते चों कहना धन धन का अपने सेवकी आपे राखे आपे नाम जपावे जह जय काज किरत सेवकी तहां तहां उठ तावे अपने सेवक को निकटी हुए दिखावे नेड़े हो क्यों खोला है जो जो कह ठाकर पैसे को तिस तत्काल होया इथे यही बख्शिश आई है ये हर कारकता करता तू ही मालक आप स्वामी है सब दे दिल दी जानन वाला तू ही अंतर्यामी है ये तो तार सच्चे पातशाह असि एने अपने सिर ते पंड चुकी जाने गड्डी विच बैठा बंदा ते सिर ते भी भार चुकया होवे हर कार्य दा करता तू है ते तेरे काम ने संता के कार्य कौन खड़ोता आप खड़ोया भावें राजगढ़ी का रूप आके भावें किसी का रूप आके सुखदेव जी का रूप आके सेठी साहब का रूप आ रहे कार्य उसके रास कर नहीं आके बिच खलो जाता है एक श्री अंदर भगत के धोने सारे आके धो जाता जिसका जग में कोई ना बेली जिसका कोई बेली बुली तो है नहीं कोई सज्जन मित्र तो जापता नहीं काम पता नहीं कौन करता जिसका जग में कोई ना बेली उसका मददगार है कह अवतार जगम संगता साथी बस निर्धार है इसलिए ही बचना जाते अपना हाल ते अपनी हद को आपे ही ये जान सके अपनी यदि मर्जी होवे ता कोई पहचान सके सत्संग जब तक गुरु की मर्जी नहीं बंदा किन्निया सत्संग किन्ने सत्संग भटकदा रहे गुरु मेहर करे ते फिर इहनू ज्ञान की बख्शिश होगी अपनी यदि मर्जी होवे ता कोई पहचान करे नहीं ते सत्संग एवें भुलेखा पा जांदा एवें आके कड़े देखता टेंडियां देखता इह देखदा भी इत्थे ते माया चढ़ रही आ इन्हें भरम भरम भुलेखे लैके तुर जाता बंदा जे नहीं कि मर्जी हो सत्संग फिर ऐसी गुरु की मेहर होंगी आ लोहा वैसे काला ही होंगे लोहो हो लाल नगर जब सतगुरु तारे जो सतगुरु की निगाह पी फिर लोहा भगता है मगता है लोहो हो लाल नदर जब सतगुरु तारे पाहण माण करे ज्ञान गुर कहो बचारे जदों फिर गुरु के बचन से चलता है तो वह सत्संग पाहण पत्थर तो मोती बन जाता हीरे बन जाता सत्संग है कठिन है भगतों की चाल निराली निराली चाल है चाल निराली भगतों केरी विख मार्ग चलना पहला काम ਵੇਖਣ ਨੂੰ ਸੌਖਾ ਲੱਗਦਾ ਪਰ ਹੈ ਮਾਰਗ ਵਿਖਮ ਹੈ ਵਿਖਮ ਵਿਖਮ ਕਹਿੰਦੇ ਕਠਨ ਵਿਖਮ ਮਾਰਗ ਚੱਲਣਾ ਕੀ ਕਰਨਾ ਵਿਗੁਰੂ ਦਰ ਤੇ ਆ ਕੇ ਲੱਭ ਲੋਭ ਅਹੰਕਾਰ ਤਜ ਰੱਬ ਨਹੀਂ ਕਰਨਾ ਲੋਭ ਨਹੀਂ ਕਰਨਾ ਅਹੰਕਾਰ ਨਹੀਂ ਕਰਨਾ ਲੱਭ ਲੋਭ ਅਹੰਕਾਰ ਤਜ ਤ੍ਰਿਸ਼ਨਾ ਤ੍ਰਿਸ਼ਨਾ ਨਹੀਂ ਰੱਖਣੀ ਕੋਈ ਤੇ ਬਹੁਤ ਨਾ ਹੀ ਬੋਲਣਾ ਬਖਸ਼ ਲੈਣਾ ਸਾਸਨ ਦਾਸ ਸੱਚੀਏ ਕਹਿੰਦਾ ਵੀ ਕੇਵਲ ਐਵੇਂ ਆਤਾ ਬੋਲ ਜਾਂਦੇ ਐਵੇਂ ਕੋਈ ਗੱਲ ਵਰੀ ਹੁੰਦੀ ਉਹ ਬਗੈਰ ਮਤਲਬ ਤੋਂ ਬੰਦਾ ਬੋਲ ਜਾਂਦਾ ਤੇ ਬਹੁਤ ਨਾ ਹੀ ਬੋਲਣਾ ਸਾਸਨ ਕਿਰਪਾ ਕਰੋ ਇਸ ਬਚਨ ਤੇ ਸਾਨੂੰ ਸਮਝ ਆ ਜਾਵੇ ਵੀ ਐਵੇਂ ਵਾਧੂ ਘਾਟੋ ਨਹੀਂ ਬੋਲਣਾ ਖੰਡਿਓ ਟਿੱਕੀ ਇਹ ਖੰਡੇ ਤੋਂ ਟਿੱਕੀ ਆ ਵਾਲੋ ਨਿੱਕੀ ਇਹ ਵਾਲ ਤੋਂ ਵੀ ਨਿੱਕੀ ਵਾਲ ਕਿੰਨਾ ਕੁ ਹੁੰਦਾ ਉੱਤੇ ਬੰਦਾ ਤੁਰ ਸਕਦਾ ਜੇ ਕਿਤੇ ਗੁਰੂ ਦੀ ਮਰਜ਼ੀ ਹੋਵੇ ਇੱਥੇ ਸੰਸਾਰ ਸਿੰਘ ਜਿੱਥੇ ਕਿਹਾ ਕਿ ਜੇ ਗੁਰ ਝਿੜਕੇ ਤਾਂ ਮਿੱਠਾ ਲਾਗੇ ਲੱਗਦਾ ਕਿ ਮਿੱਠਾ ਬਖਸ਼ ਰਹਿਣਾ ਦਾਸ ਦੀ ਇੰਨੀ ਇੰਨੀ ਹਾਲਤ ਵੀ ਗੁਰੂ ਕੇਵਲ ਮਹਾਂਪੁਰਸ਼ ਸਾਨੂੰ ਕੋਈ ਕੇਵਲ ਕੋਈ ਕਿਸੇ ਤੋਂ ਗੱਲ ਤੋਂ ਵਰਜਦਾ ਕਿ ਮਿੱਠਾ ਲੱਗਦਾ ਨਹੀਂ ਲੱਗਦਾ ਜੇ ਗੁਰ ਝਿੜਕੇ ਤਾਂ ਮਿੱਠਾ ਲਾਗੇ ਜੇ ਬਖਸ਼ੇ ਤਾਂ ਗੁਰੂ ਵਡਿਆਈ ਜੇ ਬਖਸ਼ਦਾ ਹੈ ਤੇ ਫਿਰ ਗੁਰੂ ਦੀ ਵਡਿਆਈ ਹੁੰਦੀ ਹੈ ਸਿਫਤ ਸ਼ਲਾਘਾ ਕਰਨੀ ਤੇਰੀ ਮੇਰੇ ਵਸ ਦਾ ਰੋਗ ਨਹੀਂ ਇਹ ਅਵਤਾਰ ਗੁਰੂ ਦੀ ਬਖਸ਼ਿਸ਼
मैं ते किसे भी योग नहीं। सिर्त सलाका करनी तेरी, सासन तेरी कोई सिर्त कर सक, अकला सोचा पहुंच ना सकन मेरा दी बेहदी ते मेर करे दे आप स्वामी रंग बहाले गति ते टुट पाए जे सतगुर पूरा मौन दे वडियाई दे टुट पाए जे सतगुर पूरा जग दे विच अगवाई दे मैं की हां की हस्ती मेरी आप करे ते मेरा नाम अवतार मेरे ते सतगुर टुटा है सुन ले पेश के कुल जहां ते सत्संग दा साथी दे ਚਰਨਾਂ ਦੀ ਧੂੜ ਹੈ ਕੋਈ ਸਾਸਨ ਟੱਕਰ ਵੱਧ ਘੱਟ ਸ਼ਬਦ ਬਚਨ ਸਾਸਨ ਤੋਂ ਨਿਕਲ ਗਏ ਹੋਣ ਇਹ ਸਾਸਨ ਤੇ ਆਪ ਜੀ ਦੇ ਜਨਮ ਦੁੱਖ ਬੱਚਾ ਜਾਣ ਕੇ ਮਾਫ ਕਰਨਾ ਜੋ 15 ਅਗਸਤ ਦਾ ਸਾਸਨ ਦਿਨ ਆ ਰਿਹਾ ਇਹ ਸਾਸਨ ਤੇ ਮੁਕਤੀ ਪੁਰਬ ਆ ਰਿਹਾ ਅਸੀਂ ਬੜੀ ਧੂਮਧਾਮ ਨਾਲ ਮਨਾਉਣਾ ਲੱਖ ਖੁਸ਼ੀਆਂ ਪਾਤਸ਼ਾਹੀਆਂ ਦੇ ਸਤਿਗੁਰ ਨਦਰ ਕਰੇ ਇੱਕ ਸਾਸਨ ਨਦਰ ਵਾਸਤੇ ਸਤਿਗੁਰੂ ਦੀ ਨਦਰ ਵਾਸਤੇ ਗੁਰਸਿੱਖ ਸਾਸਨ ਆਪਣਾ ਸਤਿਗੁਰੂ ਤੋਂ ਤਨ ਵੀ ਕੁਰਬਾਨ ਕਰਦਾ ਹੈ ਮਨ ਵੀ ਕੁਰਬਾਨ ਕਰਦਾ ਹੈ ਧਨ ਹੀ ਕਰ ਤਨ ਆਪਣੇ ਨੂੰ ਭੇਟ ਚੜਾਉਣਾ ਇਸ ਤੋਂ ਵੱਧ ਕੁਰਬਾਨੀ ਨਹੀਂ ਮਨ ਆਪਣੇ ਨੂੰ ਭੇਟ ਚੜਾਉਣਾ ਇਸ ਤੋਂ ਵੱਧ ਕੁਰਬਾਨੀ ਨਹੀਂ ਮਨ ਭੇਜੇ ਸਤਿਗੁਰ ਕੇ ਪਾਸ ਅਤੇ ਸੇਵਾ ਕੇ ਸੇਵਾ ਕਰਦ ਹੋਏ ਨੇ ਕੰਮ ਇਸਕੋ ਹੋਤ ਪ੍ਰਾਪਤ ਸਵਾਮੀ ਸ਼ਾਸਨ ਤੇ ਦਾਸ ਆਦਿ ਦੀ ਚਰਨਾਂ ਦੀ ਤੁੜਿਆ ਹਰ ਵਕਤ ਸ਼ਾਸਨ ਤੇ ਅੰਤਰਯਾਮੀ ਪੁਰਖ ਵਧਾਤੇ ਸ਼ਰਧਾ ਮਨ ਕੀ ਪੂਰੇ ਨਾਨਕ ਦਾਸ ਇਹੀ ਸੁੱਖ ਮੰਗੇ ਮੁਕਤ ਕਰ ਸੰਤਨ ਕੀ ਤੁਰੇ ਆਪ ਜੀ ਦੀ ਚਰਨ ਧੂੜ ਮਿਲਦੀ ਰਵੇ ਇਹ ਚਰਨ ਧੂੜ ਨੂੰ ਸਮਝ ਖਜ਼ਾਨਾ ਇਹ ਖਜ਼ਾਨਾ ਹੈ ਬਾਕੀ ਸਭ ਕੁਝ ਮੱਟੀ ਏ ਕਹਿ ਅਵਤਾਰ ਬਿਨਾਂ ਗੁਰ ਪੂਰੇ ਅੱਖੋਂ ਨਾ ਖੁੱਲਦੀ ਪੱਟੀ ਏ ਆਹ ਵੀ ਸਾਰੇ ਸੁੱਖ ਮਾਣੋ ਦਾਸ ਹੀ ਆਪ ਜੀ ਦੇ ਜੋੜੇ ਦੀ ਸਾਖ ਹੈ ਇਹ ਸਾਸਨ ਜੋ ਇਹ ਘੜੀ ਹੁੰਦੀ ਹੈ ਇਹਦੇ ਵਾਸਤੇ ਸਾਸਨ ਦੱਸਦੇ ਰਹੀਦਾ ਕਿ ਇੱਕ ਘੜੀ ਆਦੀ ਘੜੀ ਆਦੀ ਹੁੰਦੇ ਆਦ ਇਹ ਸਾਡੀ ਘੜੀ ਜਿਹੜੀ ਹੈ ਸਤਿਗੁਰੂ ਦੇ ਚਰਨਾਂ 'ਚ ਝੋਲੀਆਂ ਭਰਦੀ ਹੈ ਆਪ ਵੀ ਝੋਲੀਆਂ ਕਰੋ ਦਾਸ ਵੀ ਤੁਹਾਡੇ ਚਰਨਾਂ 'ਚ ਝੋਲੀ ਅੱਜ ਕੇ ਖੈਰ ਮੰਗਦਾ ਕਿ ਸੁੱਖ ਸਾਰੀ ਦੁਨੀਆ ਨੇ ਪਾ ਦਿਓ ਸਭ ਦੀ ਝੋਲੀ ਵਿੱਚ ਫਿਰ ਵੀ ਮਲਾਈ ਰੱਖੋ ਸੰਤਾਂ ਦੀ ਝੋਲੀ ਵਿੱਚ